ਇਹ ਪਾਣੀ ਜਿਹੜੇ ਪੁਰਾਣੇ ਛੱਪੜ ਆ ਤੋਂ 60 60 ਸਾਲ ਪੁਰਾਣੇ ਜਿਨ੍ਹਾਂ ਦੀ ਕੋਈ ਸਫਾਈ ਨਹੀਂ ਹੋਈ ਇਹਨਾਂ ਦੀ ਸਫਾਈ ਨੂੰ ਤੇ ਪਾਣੀ ਦੇ ਸਟੋਰੇਜ ਨੂੰ ਦੀ ਅੱਜਕਾ ਇੰਨੀ ਇੱਕ ਲੋਡ ਮੌਕੇ ਦੀ ਲੋਡ ਬਣ ਗਈ ਇਹ ਛੱਪੜ ਇੱਕ ਪਿੰਡ ਦੀ ਆਬਾਦੀ ਹੈ ਇਹਦੇ ਆਲੇ ਦੁਆਲੇ ਤੇ ਨਾਲ ਇੱਕ ਪ੍ਰਾਇਮਰੀ ਤੇ ਹਾਈ ਸਕੂਲ ਲੱਗਦਾ ਸੀ ਤੋਂ ਸਿਹਤ ਤੇ ਸਫਾਈ ਨੂੰ ਮੱਦੇਨਜ਼ਰ ਰੱਖਦੇ ਅਸੀਂ ਇਹ ਪ੍ਰੋਜੈਕਟ ਇਹਨੂੰ ਪਹਿਲਾਂ ਇਹ ਚ ਸਾਰੀ ਇਹਨੂੰ ਸਫਾਈ ਕਰਾਈ ਇਹਦੀ ਫਿਰ ਇਹਨੂੰ ਪੱਕਾ ਕਰਾਇਆ ਸੰਤ ਅਸੀਚ ਵਾਲ ਮਾਡਲ ਬਣਾਇਆ ਜੋ ਕਿ ਪਾਣੀ ਨੂੰ ਪਾਣੀ ਦੀ ਸਫਾਈ ਕਰਕੇ ਫਿਲਟਰ ਕਰਕੇ ਅੱਗੇ ਪਾਣੀ ਇਸ ਛੱਪੜ ਵਿੱਚ ਆਉਂਦਾ ਹੈਗਾ ਤੇ ਛੱਪੜ ਦਾ ਇਹਦਾ ਪਾਣੀ ਅਸੀਂ ਫਸਲਾਂ ਲਈ ਵਰਤਦੇ ਆ ਜਿਹੜਾ ਓਵਰ ਸਟੋਰੇਜ ਹੋ ਜਾਂਦਾ ਫਿਰ ਉਹ ਸਾਫ਼ ਪਾਣੀ ਡਰੇਨ ਵਿੱਚ ਜਾਂਦਾ ਜਿਹੜਾ ਇਹ ਵਿਚਾਲੇ ਅਸੀਂ ਇੱਕ ਆਇਲੈਂਡ ਬਣਾਇਆ ਇਹ 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 ਤਾਂ ਸਿਰਫ ਇੱਕ ਟੂਰਿਸਟ ਅਟਰੈਕਸ਼ਨ ਆ ਕਿ ਇਹਨੂੰ ਜਿਹੜਾ ਛੱਪੜ ਨੂੰ ਆ ਅਸੀਂ ਇੱਕ ਲੇਕ ਦਾ ਰੂਪ ਦਿੱਤਾ ਹੈਗਾ ਤਾਂ ਕਿ ਜਿਹੜੀ ਇਹਦੀ ਆਲੇ-ਦੁਆਲੇ ਦੀ ਵਾਦੀ ਆ ਇਹਨੂੰ ਹੁਣ ਇਹਨੂੰ ਇਹਨੂੰ ਛੱਪੜ ਭੁੱਲ ਕੇ ਇਹਦੀ ਸਫਾਈ ਇੰਨੀ ਕੁ ਹੋ ਗਈ ਇਹਦੇ ਨਾਲ ਆਲੇ-ਦੁਆਲੇ ਦੇਖੋ ਅਸੀਂ ਪਲਾਂਟੇਸ਼ਨ ਕੀਤੀ ਆ এনਵਾਇਰਨਮੈਂਟ ਨੂੰ ਵੀ ਧਿਆਨ ਵਿੱਚ ਰੱਖਿਆ ਤਾਂ ਕਿ ਇੱਥੇ ਇਹਦੀ ਛੱਪੜ ਨੂੰ ਇੱਕ ਅਟਰੈਕਸ਼ਨ ਦੇ ਤੌਰ ਤੇ ਹੁਣ ਯੂਜ਼ ਹੋਣ ਲੱਗ ਜੂਗਾ ਜਿਹੜਾ ਇਹ ਪ੍ਰੋਜੈਕਟ ਬਣਾਇਆ ਗਿਆ ਜੀ ਪੰਜਾਬ ਸਰਕਾਰ ਦਾ ਕੁਸੇ ਦੇ ਵਿੱਚ ਸੀਚੇਵਾਲ ਮਾਡਲ ਜਿਵੇਂ ਸੈਂਟਰ ਸਰਕਾਰ ਦਾ ਤੇ ਉਹਦੇ ਵਿੱਚ ਸੀਚੇਵਾਲ ਮਾਡਲ ਆ ਜਿਹੜਾ ਤੇ ਇਹ ਅਸੀਂ ਪਾਣੀ ਦੀ ਦੇਖਰੇਖ ਨੂੰ ਸੋਧ ਕਰਨ ਦੇ ਲਈ ਪਾਣੀ ਜਿਹੜਾ ਸੱਪੜ ਦੇ ਵਿੱਚ ਅਸੀਂ ਪਾਣੀ ਪਾਵਾਂਗੇ ਉਹਨੂੰ ਸਾਫ਼ ਪਾਣੀ ਕਰਕੇ ਇਹਦਾ ਕੁਝ ਪਾਣੀ ਛੜਿਆ ਜ਼ਮੀਨਾਂ ਨੂੰ ਲੱਗਦਾਗਾ ਤੇ ਜਿਹੜਾ ਇਹ ਅਸੀਂ ਸੱਪੜ ਬਣਾਇਆਗਾ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਵੱਖਰਾ ਹੀ ਸੱਪੜ ਅਸੀਂ ਇਹ ਵੀ ਕਹਿ ਸਕਦੇ ਹਾਂਗੇ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਸੱਪੜ ਨੂੰ ਇੱਕ ਲੇਖ ਤਿਆਰ ਕਰਨ ਜਾ ਰਹੇ ਹਾਂ ਇੱਕੋ ਸੱਪੜ ਦੀ ਤੁਹਾਨੂੰ ਇਹ ਮਿਲੂਗਾ ਜਿਹੜਾ ਇੱਕ ਲੇਖ ਬਣ ਗਿਆ ਅਜੋ ਸੱਪੜ ਨਹੀਂ ਰਹਿ ਗਿਆ ਨੌ ਜ਼ਰੂਰ ਸੱਪੜ ਹੈ ਦਾ ਇੱਕ ਲੇਖ ਬਣ ਗਿਆ ਪੰਜਾਬ ਦੇ ਤੌਰ ਤੇ ਇੱਕ ਨੰਬਰ ਦਾ ਅਸੀਂ ਇਹਨੂੰ ਸੱਪੜ ਬਣਾਵਾਂਗੇ ਜਿਹੜਾ ਇਹਦਾ ਕੰਮ ਆਦੀ 70 75% ਹੋ ਗਿਆ ਤੇ ਇਹਦਾ 20 ਤੋਂ 25% ਕੰਮ ਜਿਹੜਾ ਬਾਕੀ ਰਹਿੰਦਾਗਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਨਾਂ ਕੋ ਤੁਹਾਨੂੰ ਵੀ ਮੀਡੀਆ ਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੇੜੇ ਤੇੜੇ ਦੇ ਲੋਕ ਪੰਚਾਇਤਾਂ ਇਹਨੂੰ ਦੇਖਣਾ ਆਇਆ ਕਰਨਗੇ ਹੁਣ ਵੀ ਦੇਖਣ ਆਉਂਦੀਆਂ ਨੇ ਇੱਥੇ ਬਹੁਤ ਕਸਲਮ ਏਰੀਆ ਸੀ ਬਹੁਤ ਵੱਡਾ ਗੰਦਾ ਛੱਪੜ ਸੀਗਾ ਕਿਸੇ ਦੀ ਕਿ ਸਾਡੇ ਪਿੰਡ ਨੇ ਸਾਰਿਆਂ ਨੇ ਵਿਚਾਰ ਕਰਕੇ ਵੀ ਇਹਨੂੰ ਕਿ ਗੰਦ ਕੱਢਾ ਜਾਵੇ ਤੇ ਇੱਕ ਪਾਣੀ ਸਟੋਰ ਕੀਤਾ ਜਾਵੇ ਪਾਣੀ ਨੂੰ ਸਟੋਰ ਕਰਨ ਦੀ ਖਾਤਰ ਇਹਨੂੰ ਕਾਫੀ ਡੰਗਾਈ ਤੱਕ ਪੱਟਿਆ 18 20 ਫੁੱਟੇ ਦੀ ਪਟਾਈ ਕੀਤੀ ਹੈ ਪਹਿਲਾਂ ਇਹ ਕੋਈ 50 ਸਾਲ ਪਹਿਲਾਂ ਦੇ ਕਿਤੇ ਪਹਿਲਾਂ ਪੱਟਿਆ ਬਜ਼ੁਰਗਾਂ ਦਾ ਤੇ ਹੁਣ ਆ ਕੇ ਇਹਨੂੰ ਨਵਾਂ ਪੱਟ ਕੇ ਨਮਈ ਇਹਨੂੰ ਰੁਕੂ ਦਿੱਤੀ ਆ ਤੇ ਪਿੰਡ ਦੇ ਪਿੰਡ ਪਰ ਕਾਫੀ ਕੰਮ ਹੋ ਰਿਹਾ ਹੋਰ ਪਾਰਕ ਵੀ ਬਣਾਇਆ ਪਿੰਡ ਚ ਬਾਕੀ ਇਹਦਾ ਕੰਮ ਵੀ ਚੱਲ ਰਿਹਾ ਨਾਲ ਦੀ ਨਾਲ ਬਾਕੀ ਹੋਰ ਪਿੰਡ ਦਾ ਵੀ ਚੱਲ ਰਿਹਾ ਬਾਕੀ ਸਾਨੂੰ ਕੇਵਲ ਸਿੰਘ ਢਿੱਲੋਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਇਸ ਵਿੱਚ ਤੇ ਬਾਕੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਅਸੀਂ ਇੱਥੇ ਬਨਾਲਾ ਜ਼ਿਲ੍ਹੇ ਵਿੱਚ ਸੀਚੇ ਵਾਲ ਮਾਡਲ ਨੂੰ ਕਾਫੀ ਤਵੱਜੂ ਦਿੱਤੀ ਸੀ ਤੇ ਜਿਸ ਦੇ ਤਹਿਤ 16 ਸੀਚੇ ਵਾਲ ਮਾਡਲ ਸਾਡੇ ਲੱਚੁਕੀਨ ਤੇ ਬਾਕੀ ਵੀ ਜਿਹੜੇ ਪਾਈਪਲਾਈਨ ਬਿਚੇਗੇ ਇਸ ਵਿੱਚ ਕਈ ਪੰਡਾ ਨੇ ਬਹੁਤ ਵਧੀਆ ਕੰਮ ਕੀਤਾ ਹੈ ਸੋ ਮੈ ਸੋਚਦਾ ਕਿ ਇਸ ਕਿਸਮ ਦੇ ਜਿਹੜੇ ਪ੍ਰੋਜੈਕਟ ਆ ਸਾਰੇ ਪੰਡਾ ਵਿੱਚ ਲਾਗਣਾ ਚਾਹੀਦੇ ਬਿਲਕੁਲ ਜੀ ਇਹ ਬਹੁਤ ਹੀ ਜ਼ਰੂਰੀ ਹੈ ਕਿ ਸਾਨੂੰ ਹੁਣ ਪਾਣੀ ਬਾਰੇ ਸੋਚਣਾ ਪਵੇਗਾ ਕਿਉਂਕਿ ਪਾਣੀ ਦੀ ਜੋ ਪੱਧਰ ਹੈ ਬਹੁਤ نیچے ਜਾ ਚੁੱਕਿਆ ਹੈ ਲਗਭਗ 340 ਹੁਣ ਪਾਣੀ ਜਾ ਚੁੱਕਿਆ ਹੈ ਖਾਸ ਕਰਕੇ ਬਨਾਲਾ ਡਾਰਕ ਜ਼ੋਨ ਵੀ ਹੈ ਸੋ ਇਸ ਕਰਕੇ ਅਸੀਂ ਬਹੁਤ ਐਮਫਸਾਈਜ਼ ਕਰ ਰਹੇ ਹਾਂ ਅਸੀਂ ਪਿੰਡਾਂ ਦੀ ਬਿਲਡਿੰਗ ਤੇ ਜਿਹੜੀ ਵੀ ਜਿਹੜਾ ਹੈਗਾ ਵਾਟਰ ਹਾਰਵੈਸਟਿੰਗ ਸਿਸਟਮ ਲਗਾ ਰਹੇ ਹਾਂ ਜਿਹੜੇ ਸਕੂਲ ਦੀਆਂ ਮਾਰਤਾ ਹਨ ਹੋਰ ਵੀ ਜਿਹੜੀਆਂ ਮਾਰਤਾ ਹਨ ਗਵਰਨਮੈਂਟ ਮਾਰਤਾ ਹਨ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਾਂ ਕਿ ਵਾਟਰ ਹਾਰਵੈਸਟਿੰਗ ਸਿਸਟਮ ਲਾਉਣ ਜਨਾਬੀ ਪਾਣੀ ਦੀ ਬਚਤ ਹੋ ਸਕੇ ਉਹ ਅਸੀਂ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ